ਹਾਂਜੀ ਵੀਡੀਓ ਦੇਖ ਰਹੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਅਤੇ ਅੱਜ ਮੌਸਮ ਦੀ ਗੱਲ ਕਰਦੇ ਹਾਂ ਜੋ ਪੰਜਾਬ ਵਿੱਚ ਕੱਲ੍ਹ ਤੋਂ ਮੀਂਹ ਪੈ ਰਿਹਾ ਹੈ। ਅਤੇ ਸਭ ਤੋਂ ਪਹਿਲਾਂ ਜਿਹੜੇ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਯੂਟਿਊਬ ਫਾਰਮਰ, ਉਹ ਇਸ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਨੂੰ ਅੱਗੇ ਇੱਦਾਂ ਦੀਆਂ ਜਾਣਕਾਰੀ ਵਾਲੀਆਂ ਵੀਡੀਓਆਂ ਮਿਲਦੀਆਂ ਰਹਿਣ। ਅਤੇ ਹੁਣ ਗੱਲ ਕਰਦੇ ਹਾਂ ਮੌਸਮ ਦੀ। ਜਿਵੇਂ ਕਿ ਅਸੀਂ ਵੀਡੀਓ ਵਿੱਚ ਇੱਕ ਵੀਡੀਓ ਪਾਈ ਸੀ ਹਫ਼ਤਾ ਕੁ ਪਹਿਲਾਂ, ਉਸ ਵਿੱਚ ਪਹਿਲਾਂ ਹੀ ਸਪਸ਼ਟ ਰੂਪ ਵਿੱਚ ਜਾਣਕਾਰੀ ਦੇ ਦਿੱਤੀ ਸੀ ਵੀ 21-22 ਅਤੇ 23 ਜਨਵਰੀ ਨੂੰ ਭਾਰਤ ਦੇ ਉੱਤਰੀ ਮੈਦਾਨੀ ਇਲਾਕਿਆਂ ਵਿੱਚ, ਜਿਨ੍ਹਾਂ ਵਿੱਚ ਪੰਜਾਬ, ਹਰਿਆਣਾ ਅਤੇ ਯੂਪੀ ਹਨ, ਉਹਨਾਂ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਸੀ, ਜੋ ਕਿ ਬਿਲਕੁਲ ਸੱਚ ਹੈ। 21 ਤਰੀਕ ਨੂੰ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਰਾਤ ਤੋਂ ਮੀਂਹ ਪੈ ਰਿਹਾ ਹੈ। ਇਹ ਸੌਣ ਦੀ ਝੜੀ ਦੀ ਤਰ੍ਹਾਂ ਲਗਾਤਾਰ ਬਾਰਿਸ਼ ਹੋ ਰਹੀ ਹੈ, ਜਿਸ ਨੇ ਪੂਰੀ ਤਰ੍ਹਾਂ ਪੰਜਾਬ ਦੇ ਮੌਸਮ ਨੂੰ ਪ੍ਰਭਾਵਿਤ ਕੀਤਾ ਅਤੇ ਫਸਲਬਾੜੀ ਉੱਪਰ ਇਸਦਾ ਬੜਾ ਪ੍ਰਭਾਵ ਪਵੇਗਾ। ਜਿੱਥੇ ਕਣਕਾਂ ਦੀ ਗੱਲ ਕਰੀਏ ਤਾਂ ਕਣਕਾਂ ਲਈ ਇਹ ਮੀਂਹ ਇੱਕ ਤਰ੍ਹਾਂ ਦਾ ਫਾਇਦੇਮੰਦ ਹੈ, ਇਸ ਨਾਲ ਕਣਕਾਂ ਦੀ ਗਰੋਥ ਵਧੀਆ ਹੋਵੇਗੀ। ਇਹ ਜਿਹੜਾ ਮੀਂਹ ਦਾ ਪਾਣੀ ਹੈ ਕਣਕਾਂ ਲਈ ਅਤੇ ਹੋਰ ਫਸਲਾਂ ਲਈ ਇੱਕ ਕਿਸਮ ਨਾਲ ਖਾਦ ਦੀ ਤਰ੍ਹਾਂ ਹੀ ਲੱਗ ਜਾਂਦਾ ਹੈ। ਪਰ ਇਸ ਤੋਂ ਬਿਨਾਂ ਜੇ ਹੋਰ ਗੱਲ ਕਰੀਏ ਜਿਵੇਂ ਆਲੂਆਂ ਦੀ ਫਸਲ ਵਗੈਰਾ ਆਪਣੀ, ਉਹਨਾਂ ਲਈ ਜ਼ਿਆਦਾ ਮੀਂਹ ਨੁਕਸਾਨਦਾਇਕ ਹੋ ਜਾਂਦਾ। ਥੋੜ੍ਹੀ ਜਿਹੀ ਹਵਾ ਚੱਲ ਰਹੀ ਹੈ ਜਿਸ ਕਰਕੇ ਆਵਾਜ਼ ਵਿੱਚ ਪ੍ਰੋਬਲਮ ਆ ਰਹੀ ਹੈ। ਤੁਸੀਂ ਦੇਖ ਸਕਦੇ ਹੋ ਵੀ ਇਹ ਕਣਕਾਂ ਦੇ ਕਹਿਣਾ ਵਿੱਚ ਪਾਣੀ ਜਮ੍ਹਾਂ ਹੋ ਚੁੱਕਿਆ। ਕੱਲ੍ਹ ਰਾਤ ਤੋਂ ਹੀ ਲਗਾਤਾਰ ਬਾਰਿਸ਼ ਹੋ ਰਹੀ ਹੈ, ਰੁਕ ਰੁਕ ਕੇ ਬਾਰਿਸ਼ ਹੋ ਰਹੀ ਹੈ, ਜਿਸ ਨਾਲ ਪੂਰੀ ਤਰ੍ਹਾਂ ਰਾਜਮਾ ਮੀਂਹ ਪਿਆ ਹੈ। ਇਹ ਬਾਰਿਸ਼ ਦਾ ਸਿਲਸਿਲਾ ਅੱਜ 22 ਜਨਵਰੀ ਨੂੰ ਤੱਕ ਸ਼ਾਮ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ ਅਤੇ ਰਾਤ ਨੂੰ ਕਈ ਇਲਾਕਿਆਂ ਵਿੱਚ ਕਿਣਮਣ ਵੀ ਹੋ ਸਕਦੀ ਹੈ। ਅਤੇ 23 ਤਰੀਕ ਤੋਂ ਬਾਅਦ 24 ਅਤੇ 25 ਨੂੰ ਮੌਸਮ ਦੇ ਹਾਲਾਤਾਂ ਵਿੱਚ ਸੁਧਾਰ ਦੇਖਣ ਨੂੰ ਮਿਲੇਗਾ, ਜਿਸ ਤੋਂ ਬਾਅਦ ਸੰਘਣੀ ਧੁੰਦ ਵੀ ਹੋਣ ਦੇ ਆਸਾਰ ਹਨ। ਪੰਜਾਬ ਦੇ ਕਈ ਇਲਾਕੇ ਜਿਵੇਂ ਕਿ ਮਾਨਸਾ ਏਰੀਆ, ਉਹਨਾਂ ਵਿੱਚ ਕੱਲ੍ਹ ਸ਼ਾਮੀ 21 ਜਨਵਰੀ ਨੂੰ ਗੜੇਮਾਰੀ ਵੀ ਹੋਈ ਹੈ, ਜਿਸ ਨਾਲ ਫਸਲਾਂ ਦਾ ਨੁਕਸਾਨ ਹੋਇਆ ਹੈ। ਇਸ ਤੋਂ ਬਿਨਾਂ ਉੱਤਰੀ ਭਾਰਤ ਦੇ ਪਹਾੜੀ ਇਲਾਕਿਆਂ ਵਿੱਚ ਹੋਈ ਬਰਫ਼ਬਾਰੀ ਨਾਲ ਪੰਜਾਬ ਦੇ ਮੌਸਮ ਵਿੱਚ ਇੱਕ ਵੱਡੀ ਤਬਦੀਲੀ ਦੇਖਣ ਨੂੰ ਮਿਲੇਗੀ, ਜਿਸ ਨਾਲ ਪਾਰਾ ਥੱਲੇ ਆਵੇਗਾ। ਜੋ ਜਨਵਰੀ ਦੇ ਪਹਿਲੇ ਅੱਧ ਵਿੱਚ ਗਰਮੀ ਵਧਣ ਨਾਲ ਕਣਕਾਂ ਨੂੰ ਨੁਕਸਾਨ ਹੋ ਰਿਹਾ ਸੀ, ਉਸ ਤੋਂ ਵੀ ਕਿਸਾਨਾਂ ਨੂੰ ਕੁਝ ਰਾਹਤ ਮਿਲੇਗੀ। ਅਤੇ ਜਿਹੜੇ ਕਿਸਾਨਾਂ ਦੇ ਆਪਣੇ ਆਲੂ ਜੋ ਬੀਜ ਲਈ ਰੱਖੇ ਹੋਏ ਸਨ ਖੇਤਾਂ ਵਿੱਚ, ਜਿਨ੍ਹਾਂ ਦੀ ਵੇਲ ਵੱਢ ਦਿੱਤੀ ਹੋਈ ਸੀ, ਅਤੇ ਜਿਹਨਾਂ ਵਿੱਚ ਪਾਣੀ ਜ਼ਿਆਦਾ ਹੈ ਤਾਂ ਉਹ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਨ, ਖਾਲੀ ਖੇਤਾਂ ਵਿੱਚ ਜਾਂ ਕਣਕ ਦਿਆਂ ਵਿੱਚ ਉਸਦਾ ਪਾਣੀ ਕੱਢਿਆ ਜਾਵੇ ਤਾਂ ਜੋ ਆਲੂ ਦਾ ਬੀਜ ਖਰਾਬ ਨਾ ਹੋਵੇ। ਇਸ ਮੌਸਮ ਦੀ ਜਾਣਕਾਰੀ ਸੰਬੰਧੀ ਅਸੀਂ ਇੱਕ ਹਫ਼ਤਾ ਪਹਿਲਾਂ ਵੀਡੀਓ ਬਣਾ ਕੇ ਸੁਚੇਤ ਕਰ ਦਿੱਤਾ ਸੀ ਸਭ ਕੁਝ। ਅਸੀਂ ਅੱਗੇ ਤੋਂ ਵੀ ਇੱਦਾਂ ਦੀਆਂ ਵੀਡੀਓਆਂ ਬਣਾ ਕੇ ਜੋ ਮੌਸਮ ਸੰਬੰਧੀ ਹੋਣਗੀਆਂ ਉਹਨਾਂ ਨੂੰ ਜਾਣਕਾਰੀ ਉਹ ਤੁਹਾਨੂੰ ਦਿੰਦੇ ਰਹਾਂਗੇ। ਜੇਕਰ ਵੀਡੀਓ ਵਧੀਆ ਲੱਗੀ ਤਾਂ ਆਪਣਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਅਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਿਓ ਤਾਂ ਜੋ ਤੁਹਾਨੂੰ ਇੱਦਾਂ ਦੀਆਂ ਇਹ ਜਾਣਕਾਰੀ ਵਾਲੀਆਂ ਵੀਡੀਓ ਮਿਲਦੀਆਂ ਰਹਿਣ ਅਤੇ ਖੇਤੀ
ਹੋਰ ਸੰਬੰਧਿਤ ਵੀਰੀਆਂ ਵੀ ਅਸੀਂ ਇਸ ਚੈਨਲ 'ਤੇ ਅਪਲੋਡ ਕਰਦੇ ਰਹਿੰਦੇ ਹਾਂ। ਧੰਨਵਾਦ ਜੀ।